ਆਤੰਕਵਾਦੀ ਹਮਲੇ ਦੌਰਾਨ ਇੱਕ ਸੀਆਰਪੀਐਫ ਦੇ ਇੰਸਪੈਕਟਰ ਦੇ ਸ਼ਹੀਦ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਜੰਮੂ ਦੇ ਉਧਮਪੁਰ ਦੇ ਵਿੱਚ ਜਦੋਂ ਇਹ ਸੀਆਰਪੀਐਫ ਦਾ ਦਲ ਗਸ਼ਤ ਦੇ ਲਈ ਨਿਕਲਿਆ ਤਾਂ ਉਸ ਸਮੇਂ ਘਾਤ ਲਾ ਕੇ ਬੈਠੇ ਅੱਤਵਾਦੀਆਂ ਦੇ ਵੱਲੋਂ ਸੀਆਰਪੀਐਫ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੇ ਵਿੱਚ ਇੱਕ ਇੰਸਪੈਕਟਰ ਸ਼ਹੀਦ ਹੋ ਗਿਆ। ਤਾਂ ਦੱਸ ਦਈਏ ਕਿ ਸ਼ਹੀਦ ਇੰਸਪੈਕਟਰ ਦੀ ਪਹਿਚਾਣ ਕੁਲਦੀਪ ਮਲਿਕ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਤਾਂ ਖੇਡ ਕੋਟੇ ਤੋਂ ਇਹ ਭਰਤੀ ਹੋਇਆ ਸੀ, 34 ਸਾਲ ਤੋਂ ਸੀਆਰਪੀਐਫ ਦੇ ਵਿੱਚ ਇਹ ਜਵਾਨ ਨੌਕਰੀ ਕਰ ਰਿਹਾ ਸੀ ਅਤੇ ਬੀਤੇ ਦਿਨਾਂ ਦੱਸਿਆ ਜਾ ਰਿਹਾ ਕਿ ਜਦੋਂ ਉਧਮਪੁਰ ਦੇ ਵਿੱਚ ਸੀਆਰਪੀਐਫ ਦਾ ਕਾਫਲਾ ਗਸ਼ਤ ਦੇ ਲਈ ਨਿਕਲਿਆ ਤਾਂ ਉਸਦੇ ਉੱਤੇ ਘਾਤ ਲਾ ਕੇ ਬੈਠੇ ਅੱਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਉਧਮਪੁਰ ਦੇ ਵਿੱਚ ਇਹ ਹਮਲਾ ਹੁੰਦਾ ਹੈ, ਜਿਸ ਦੇ ਵਿੱਚ ਸੀਆਰਪੀਐਫ ਦਾ ਇੱਕ ਇੰਸਪੈਕਟਰ ਕੁਲਦੀਪ ਮਲਿਕ ਸ਼ਹੀਦ ਹੋ ਗਿਆ, ਜੋ ਕਿ ਖੇਡ ਕੋਟੇ ਤੋਂ ਭਰਤੀ ਹੋਇਆ ਸੀ ਅਤੇ 54 ਸਾਲ ਇਸਦੀ ਉਮਰ ਦੱਸੀ ਜਾ ਰਹੀ ਹੈ। ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਅਗਲੇ ਮਹੀਨੇ ਹੀ ਇਸ ਕੁਲਦੀਪ ਮਲਿਕ ਨੇ ਪ੍ਰਮੋਟ ਹੋ ਕੇ DSP ਬਣਨਾ ਸੀ। ਕੁਲਦੀਪ ਮਲਿਕ ਦੇ 2 ਬੇਟੇ ਨੇ ਤੇ ਦੱਸ ਦਈਏ ਕਿ ਇੱਕ ਬੇਟਾ ਆਰਮੀ 'ਚ ਹੈ ਤੇ ਦੂਸਰਾ ਬੇਟਾ ਰੇਲਵੇ ਪੁਲਿਸ ਦੇ ਵਿੱਚ ਨੌਕਰੀ ਕਰਦਾ। ਹਾਲਾਂਕਿ ਜਿਵੇਂ ਹੀ ਇਹ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ, ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਜੰਮੂ ਦੇ ਵਿੱਚ ਸ਼ਹੀਦ ਹੋਇਆ ਸੀਆਰਪੀਐਫ ਦਾ ਇੰਸਪੈਕਟਰ ਕੁਲਦੀਪ ਮਲਿਕ, ਜੋ ਕਿ ਗਸ਼ਤ ਦੇ ਉੱਤੇ ਨਿਕਲੇ ਸੀ ਤੇ ਘਾਤ ਲਾ ਕੇ ਬੈਠੇ ਅੱਤਵਾਦੀਆਂ ਦੇ ਵੱਲੋਂ ਸੀਆਰਪੀਐਫ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਇੱਕ ਇੰਸਪੈਕਟਰ ਸੀਆਰਪੀਐਫ ਦਾ ਸ਼ਹੀਦ ਹੋ ਗਿਆ। ਅੱਤਵਾਦੀ ਹਮਲੇ ਦੌਰਾਨ ਇੱਕ ਸੀਆਰਪੀਐਫ ਦੇ ਇੰਸਪੈਕਟਰ ਦੇ ਸ਼ਹੀਦ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਜੰਮੂ ਦੇ ਉਧਮਪੁਰ ਦੇ ਵਿੱਚ ਜਦੋਂ ਇਹ ਸੀਆਰਪੀਐਫ ਦਾ ਦਲ ਗਸ਼ਤ ਦੇ ਲਈ ਨਿਕਲਿਆ ਤਾਂ ਉਸ ਸਮੇਂ ਘਾਤ ਲਾ ਕੇ ਬੈਠੇ ਅੱਤਵਾਦੀਆਂ ਦੇ ਵੱਲੋਂ ਸੀਆਰਪੀਐਫ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੇ ਵਿੱਚ ਇੱਕ ਇੰਸਪੈਕਟਰ ਸ਼ਹੀਦ ਹੋ ਗਿਆ। ਤਾਂ ਦੱਸ ਦਈਏ ਕਿ ਸ਼ਹੀਦ ਇੰਸਪੈਕਟਰ ਦੀ ਪਹਿਚਾਣ ਕੁਲਦੀਪ ਮਲਿਕ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਤਾਂ ਖੇਡ ਕੋਟੇ ਤੋਂ ਇਹ ਭਰਤੀ ਹੋਇਆ ਸੀ, 34 ਸਾਲ ਤੋਂ ਸੀਆਰਪੀਐਫ ਦੇ ਵਿੱਚ ਇਹ ਜਵਾਨ ਨੌਕਰੀ ਕਰ ਰਿਹਾ ਸੀ ਅਤੇ ਬੀਤੇ ਦਿਨਾਂ ਦੱਸਿਆ ਜਾ ਰਿਹਾ ਕਿ ਜਦੋਂ ਉਧਮਪੁਰ ਦੇ ਵਿੱਚ ਸੀਆਰਪੀਐਫ ਦਾ ਕਾਫਲਾ ਗਸ਼ਤ ਦੇ ਲਈ ਨਿਕਲਿਆ ਤਾਂ ਉਸਦੇ ਉੱਤੇ ਘਾਤ ਲਾ ਕੇ ਬੈਠੇ ਅੱਤਵਾਦੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਉਧਮਪੁਰ ਦੇ ਵਿੱਚ ਇਹ ਹਮਲਾ ਹੁੰਦਾ ਹੈ, ਜਿਸ ਦੇ ਵਿੱਚ ਸੀਆਰਪੀਐਫ ਦਾ ਇੱਕ ਇੰਸਪੈਕਟਰ ਕੁਲਦੀਪ ਮਲਿਕ ਸ਼ਹੀਦ ਹੋ ਗਿਆ, ਜੋ ਕਿ ਖੇਡ ਕੋਟੇ ਤੋਂ ਭਰਤੀ ਹੋਇਆ ਸੀ ਅਤੇ 54 ਸਾਲ ਇਸਦੀ ਉਮਰ ਦੱਸੀ ਜਾ ਰਹੀ ਹੈ। ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਅਗਲੇ ਮਹੀਨੇ ਹੀ ਇਸ ਕੁਲਦੀਪ ਮਲਿਕ ਨੇ ਪ੍ਰਮੋਟ ਹੋ ਕੇ DSP ਬਣਨਾ ਸੀ। ਕੁਲਦੀਪ ਮਲਿਕ ਦੇ 2 ਬੇਟੇ ਨੇ ਤੇ ਦੱਸ ਦਈਏ ਕਿ ਇੱਕ ਬੇਟਾ ਆਰਮੀ 'ਚ ਹੈ ਤੇ ਦੂਸਰਾ ਬੇਟਾ ਰੇਲਵੇ ਪੁਲਿਸ ਦੇ ਵਿੱਚ ਨੌਕਰੀ ਕਰਦਾ। ਹਾਲਾਂਕਿ ਜਿਵੇਂ ਹੀ ਇਹ ਖਬਰ ਪਿੰਡ ਦੇ ਵਿੱਚ ਪਹੁੰਚੀ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ, ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਜੰਮੂ ਦੇ ਵਿੱਚ ਸ਼ਹੀਦ ਹੋਇਆ ਸੀਆਰਪੀਐਫ ਦਾ ਇੰਸਪੈਕਟਰ ਕੁਲਦੀਪ ਮਲਿਕ, ਜੋ ਕਿ ਗਸ਼ਤ ਦੇ ਉੱਤੇ ਨਿਕਲੇ ਸੀ ਤੇ ਘਾਤ ਲਾ ਕੇ ਬੈਠੇ ਅੱਤਵਾਦੀਆਂ ਦੇ ਵੱਲੋਂ ਸੀਆਰਪੀਐਫ ਦੇ ਕਾਫਲੇ ਤੇ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਇੱਕ ਇੰਸਪੈਕਟਰ ਸੀਆਰਪੀਐਫ ਦਾ ਸ਼ਹੀਦ ਹੋ ਗਿਆ।